ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਕੌਰ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਹਾਂ। ਪਿੰਡ ਮੇਰਾ ਸਹਿਜਾਦੀ ਹੈ। ਮੇਰਾ ਵੇਟ ਬਹੁਤ ਜ਼ਿਆਦਾ ਵੱਧ ਗਿਆ ਸੀ, 1 ਕੁਇੰਟਲ 'ਤੇ 10 ਕਿਲੋ ਵੇਟ ਸੀ, ਅਤੇ ਮੈਨੂੰ ਬਹੁਤ ਪਰੇਸ਼ਾਨੀ ਆ ਰਹੀ ਸੀ। ਮੈਨੂੰ ਪ੍ਰੋਬਲਮਾਂ ਬਹੁਤ ਆ ਰਹੀਆਂ ਸੀ, ਜਿਵੇਂ ਸ਼ੂਗਰ, ਕੈਸਟਰੋਲ, ਯੂਰੀਆ, ਇੱਦਾਂ ਕਰਕੇ ਬਹੁਤ ਪ੍ਰੋਬਲਮਾਂ ਆ ਰਹੀਆਂ ਸੀ। ਮੈਂ ਬੈੱਡ ਰੈਸਟ ਹੀ ਬਸ ਕਰਨ ਲੱਗ ਗਈ ਸੀ, ਅਤੇ ਫਿਰ ਮੇਰੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਸਰਜਰੀ ਕਰਵਾਈ ਸੀ ਕਿਸੇ ਨੇ, ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ। ਉਹਨਾਂ ਨੇ ਸਾਨੂੰ ਡਾਕਟਰ ਅਮਿਤ ਸੂਦ ਬਾਰੇ ਦੱਸਿਆ, ਅਸੀਂ ਫਿਰ ਇਹਨਾਂ ਨੂੰ ਆ ਕੇ ਮਿਲੇ। ਡਾਕਟਰ ਸਾਹਿਬ ਨੇ ਸਾਨੂੰ ਬਹੁਤ ਵਧੀਆ ਟ੍ਰੀਟ ਕੀਤਾ, ਅਸੀਂ ਉਹਨਾਂ ਨੂੰ ਮਿਲੇ। ਮਿਲ ਕੇ ਸਾਨੂੰ ਉਹਨਾਂ ਨੂੰ ਵੀ ਸਾਨੂੰ ਐਂ ਲੱਗਾ ਜਿਵੇਂ ਸਾਡਾ ਅੱਧਾ ਦੁੱਖ ਤਾਂ ਖਤਮ ਹੋ ਹੀ ਗਿਆ ਹੈ ਬਸ। ਅਤੇ ਫਿਰ ਅਸੀਂ ਉਹਨਾਂ ਕਿਹਾ ਵੀ ਤੁਸੀਂ, ਅਸੀਂ ਆਪਣਾ ਦੱਸਿਆ ਉਹਨਾਂ ਨੂੰ, ਉਹਨਾਂ ਨੇ ਕਿਹਾ, ਉਹਨਾਂ ਨੂੰ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਸਰਜਰੀ ਕਰਵਾ ਲਓ, ਜਿੰਨੀਆਂ ਵੀ ਤੁਹਾਡੀਆਂ ਪ੍ਰੋਬਲਮਸਾਂ ਨੇ ਉਹ ਦੂਰ ਹੋ ਜਾਣਗੀਆਂ ਸਰਜਰੀ ਨਾਲ। ਅਤੇ ਸਰਜਰੀ ਕਰਵਾਉਣ ਲੱਗਿਆ ਮੈਂ ਬਿਲਕੁਲ ਤਿਆਰ ਹੋ ਗਈ ਵੀ ਮੇਰੀਆਂ ਪ੍ਰੋਬਲਮਾਂ ਦੂਰ ਹੋ ਜਾਣ। ਆਪਣੀ ਜ਼ਿੰਦਗੀ ਨਾਲੋਂ ਕੁਛ ਨਹੀਂ ਚੰਗਾ, ਜੇ ਆਪਣੀ ਜ਼ਿੰਦਗੀ ਹੈ ਤਾਂ ਸਭ ਕੁਛ ਹੀ ਹੈ। ਅਤੇ ਫਿਰ ਅਸੀਂ ਆ ਗਏ ਡਾਕਟਰ ਸਾਹਿਬ ਕੋਲ, ਫਿਰ ਓਪਰੇਸ਼ਨ ਜਦੋਂ ਸਾਨੂੰ, ਮੈਨੂੰ ਕੋਈ ਡਰ ਨਹੀਂ ਲੱਗਿਆ। ਇੱਥੋਂ ਦਾ ਸਟਾਫ ਵੀ ਬਹੁਤ ਵਧੀਆ ਹੈ, ਬਹੁਤ ਵਧੀਆ ਨੇਚਰ ਵਾਲੇ ਨੇ। ਅਤੇ ਜਦੋਂ ਮੈਨੂੰ ਓਪਰੇਸ਼ਨ ਵਾਸਤੇ ਵੀ ਲੈ ਕੇ ਗਏ, ਮੈਨੂੰ ਕੋਈ ਡਰ ਨਹੀਂ ਲੱਗਿਆ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਓਪਰੇਸ਼ਨ ਹੋ ਗਿਆ। 2 ਘੰਟੇ ਬਾਅਦ ਮੈਨੂੰ ਉਹਨਾਂ ਤੁਰਨ ਵੀ ਲਾਤਾ ਵੀ ਤੁਸੀਂ ਰਾਊਂਡ ਲਾਓ। ਮੈਂ ਰਾਊਂਡ ਲਾਏ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਕੋਈ ਦਰਦ ਨਹੀਂ ਹੋਈ, ਕੁਛ ਨਹੀਂ ਹੋਇਆ। ਅਤੇ ਹੋਰ ਜੋ ਵੀ ਡਾਕਟਰ ਸਾਹਿਬ ਕਹਿ ਰਹੇ ਆ ਵੀ ਤੁਸੀਂ ਆਹ ਡਾਇਟ ਲੈਣੀ ਹੈ, ਮੈਂ ਉਹੀ ਡਾਇਟ ਫੋਲੋ ਕਰ ਰਹੀ ਹਾਂ। ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਜਾਂ ਕੋਈ ਉਲਟੀ ਆਉਣਾ, ਜਾਂ ਕੋਈ ਲੈਟਰੀਨਾਂ ਵਾਰ ਵਾਰ ਜਾਣਾ, ਕੋਈ ਹੋਰ ਵੀ ਕੋਈ ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਮੇਰਾ 15 ਦਿਨਾਂ ਦੇ ਵਿੱਚ 9 ਕਿਲੋ ਵੇਟ ਘੱਟ ਗਿਆ ਹੈ। ਅਤੇ ਮੈਨੂੰ ਅੱਗੇ ਵੀ ਬਹੁਤ ਵਧੀਆ ਡਾਕਟਰ ਮੈਨੇਜ ਕਰ ਰਹੇ ਆ ਮੇਰੇ ਨਾਲ, ਅਤੇ ਇੱਥੋਂ ਦਾ ਸਟਾਫ ਵੀ ਬਹੁਤ ਵਧੀਆ ਹੈ, ਅਤੇ ਮੈਨੂੰ ਬਹੁਤ ਵਧੀਆ ਲੱਗਾ ਹੈ। ਅਤੇ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ, ਕਿਸੇ ਨੂੰ, ਭੈਣ ਭਰਾ ਨੂੰ, ਕਿਸੇ ਨੂੰ ਵੀ, ਤੁਸੀਂ ਡਾਕਟਰ ਅਮਿਤ ਸੂਦ ਮੋਗੇ ਉਹਨਾਂ ਨੂੰ ਆ ਕੇ ਮਿਲੋ, ਤੁਹਾਡੀਆਂ ਪ੍ਰੋਬਲਮਸਾਂ ਹੱਲ ਹੋਣਗੀਆਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ।